समा सवेर दे 7:15 तो रात आप इस होटल च रुके से इतने अपने बाइक खड़े सके भद्रवाह है होटल है होटल स्काई मार्क रात लेट हो थकी होने करके वीडियो नहीं आप पा सके ना ही वो आप लै सके रात में भी इतने खड़े धुप पूरी निकली भी अज मौसम चंगा है ठीक है वधिया माहौल बजूगा इतों श्रीनगर पहुँचना अज आप हौली हौली तैयार होंगे मुंडे क्योंकि इतने रात इन्हों भी चल नहा नू लैन तो नहा के नाले आपका फोन फोन बैटरी बैकअप जोड़े है चार्ज हो जाएंगे इतों निकल के श्रीनगर में पहुँचा समान अपना इतने रखता से जोड़ा फालतू असी कपड़े लीड़े उपर ले गए मोटरसाइकिल स्टार्ट कर ले है गर्म हो रहे हैं पंजी रोप के नाल जोड़ा है समान बनी है खिंचो थोड़ा जा रूम का लाहा लैन करके लेट हो गए मुंडे तो चल पे पर चलन तो बाद चुका दी सी लत्त पहला काम यह होंगे भी आप खाण पीन तो पहला जी बक्की है राइड है जी साड़ी सवारियां उन्होंने तेल पानी पवाया जाता है बाई जी सत श्री अकाल सत श्री अकाल जाना मोड़ जाने मोड़ की घोड़ी भद्रवाह पंप से खड़े हो तो तेल पवा रही हैं लेट हो गए अज 9 बज गए लेट तो हो गए क्योंकि रात मुंडिया ने आराम किया चंगी तरह थक गए थे तो हाँ क्योंकि पिछे 75 किलोमीटर ही कढ़िया पिछले दिन वो भी कारण यह कि राह है नहीं कच्चा ही बस आप ही बनाया ही है बस हाँ कच्चा भी कहता बनाया ही है तो फिर नाले कहते चल फोन फान चार्ज हो जाने नहा लाँगे तो नाले कहते कपड़े बदले जाएंगे तो नाले कहते भी थोड़ा बहुत हाँ रीचार्ज हो जाएंगे बैटरी बैकअप वगैरह सारा कुछ ठीक है जी हम इतों निकलेंगे आप डोडा डोडा तो जावे आप पत्नीटॉप ज रामबन हो गए श्रीनगर ਪੱਲਾ 2 ਕਿਲੋਮੀਟਰ ਅਤੇ ਟੁੱਟਾ ਰਹਿ ਗਿਆ ਇੱਥੋਂ 10 ਤੋਂ ਅੱਗੇ ਦੂਰ ਰਾਹ ਨਿਕਲਦੇ ਆ ਕਿਸ਼ਤਵਾੜ ਤੋਂ ਕਿ ਨੰਦਰਾ ਦੂਜਾ ਰਾਹ ਜਾਂਦਾ ਹੈਗਾ ਜੀ ਪਤਨੀ ਟੋਪ ਰਾਹ ਬਣਦੇ ਬੜੀ ਹਾਲ ਦੇਖੋ ਕਿਹੜਾ ਰਾਹ ਬਣਦੇ ਆਪਾਂ ਇਹ ਤਾਂ ਕੁਛ ਨਹੀਂ ਹੈਗਾ ਪਲੈਨ ਅਤੇ ਸੜਕ ਕਾਫੀ ਖੂਬਸੂਰਤ ਆ ਗਈ ਹੈ ਕੱਲ ਕੱਲ ਇਹ ਹੈ ਜੀ ਡੋਡਾ ਪੁਲ ਅਤੇ ਪਿਛਲੇ ਪਾਸਿਓਂ ਆਪਾਂ ਆਏ ਹਾਂ ਉਹ ਸਿੰਪਨ ਟੌਪ ਨੂੰ ਜਾਂਦਾ ਰਾਹ ਅਤੇ ਰਾਹ ਥੋੜ੍ਹਾ ਜਿਹਾ ਕੱਚਾ ਉਹ ਅਤੇ ਟਾਈਮ ਵੱਧ ਲਾ ਦੋ ਅਤੇ ਆਹ ਨਿਕਲਦੀ ਹੈਗੀ ਹੈ ਜੀ ਪਤਨੀ ਟੌਪ ਉਧਮਪੁਰ ਅਤੇ ਰਾਮਬਾਣ ਵੱਲ ਨੂੰ ਹੁੰਦੀ ਹੈ ਚਨਾਬ ਚੱਲ ਪੈਂਦੀ ਇੱਥੇ ਆਪਣੇ ਨਾਲ ਚਨਾਬ ਉੱਪਰ ਰਹਿ ਗਿਆ ਸ਼ਹਿਰ ਡੋਡਾ 4 ਕਿਲੋਮੀਟਰ ਇੱਥੋਂ ਜਿਹੜਾ ਉੱਥੇ ਚੜ੍ਹਾਉਣਾ ਸੀ ਅਤੇ ਨਾਲ ਸ਼ਹਿਰ ਨੂੰ ਜਾਈਦਾ ਆਹ ਸੜਕ ਨਿਕਲ ਗਈ ਆਪਣੀ ਸ਼੍ਰੀਨਗਰ टनल बनी नूं थोड़ा जिहा होया टनल नाल की हुंदा वी जिहड़ा रस्ता हैगा शॉर्ट हो जांदा पहाड़ां दे विच तो रामबन ही एक इहो जिहा शहर है जिथे मतलब भ्यां हो जांदी है ड्राइवर की बस ड्राइवर ट्रक ड्राइवर ते जिहड़े बेचारे कार ड्राइवर हैगे आपदे व्हीकलां लिआउंदे आ उह निहात हो जांदे आ निहात हुंदा भाव है कि बस हो जांदी बैठे बैठे दे विच वीर कदों खड़ा छुट्टूगा क्योंकि जून दे महीने दे विच सारे पासिओं भारत सारे देश सारे इंडिया तो मतलब टूरिस्ट आता इतने टूरिज्म हम जो कश्मीर का है बहुत ज़्यादा जोर आते हैं मान के चलो छुट्टिया के जून च हर एक चाहता भी असं कश्मीर जाके आई टनल का जो आया वो काफ़ी होता है इतना लगता भी जमें ਸਵੇਰੇ ਅਸੀਂ ਲੇਟ ਚੱਲੇ ਸੀ 9:30 ਵਜੇ ਸਾਡੇ
ਮੈਂ ਸੀ ਵੀ ਲੇਟ ਹੋ ਗਿਆ ਚਲ ਕੋਟਾ ਦਾ ਰਸਤਾ ਟੁੱਟ ਗਿਆ ਸਾਨੂੰ ਲੇਟ ਹੋ ਗਿਆ ਪਰ ਵਿੱਚ ਦੀ ਇਹ ਵੀ ਹੋਇਆ ਵੀ ਉਸ ਸਕੂਲ 'ਤੇ ਜਾ ਕੇ ਸਾਨੂੰ ਲੱਗਿਆ ਵੀ ਆਪਾਂ ਸਿੰਥਨ ਪਾਸ ਕਰੀਏ ਜੇ ਸਿੰਥਨ ਪਾਸ ਦਾ ਸੋਚਦੇ ਸੀ ਤਾਂ ਫਿਰ ਅੱਜ ਰਾਤ ਪੈ ਜਾਣੀ ਸੀ ਫਿਰ ਸ਼ਿੰਦਰ ਨਹੀਂ ਬਚ ਜਾਣਾ ਸੀ ਆਹ ਰਸਤਾ ਉੱਥੇ ਸਮਾਂ ਕੱਢ ਕੇ ਆਪਾਂ ਚੁੰਨੀ ਘਾਟੀ ਦਰਸ਼ਨ ਕਰਾਂਗੇ ਪਿਛਲਾ ਜਿਹੜਾ ਸ਼ਹਿਰ ਸੀ ਉਹ ਚੰਦਰਕੁੱਟੀ ਸੀਗਾ ਸੋ ਉੱਥੇ ਵੀ ਜਾਮ ਸੀ ਅਤੇ ਆਹ ਰਾਮਬਾਣ ਹੈ ਜਿੱਥੇ ਇੱਥੇ ਵੀ ਜਾਮ ਅੰਡਰ ਡਿਵੈਲਪਮੈਂਟ ਹੈ ਸਾਰਾ ਏਰੀਆ ਰਾਮਬਾਣ ਦੀ ਬਸ ਆਹੀ ਇੱਕ ਹਾਈਵੇ ਹੈਗੀ ਸੜਕ ਹੈ ਜਿਹੜੀ ਕਸ਼ਮੀਰ ਨੂੰ ਜੋੜਦੀ ਉਹਨੂੰ ਹੌਲੀ ਹੌਲੀ ਉੱਪਰ ਦੀ ਲਿਆ ਕੇ ਖੁੱਲ੍ਹਾ ਕਰ ਰਹੇ ਆ ਅਤੇ ਵਿੱਚ ਇਹਦੇ ਟੈਨਲਸ ਬਣਾ ਰਹੇ ਆ ਇੱਥੇ ਆ ਕੇ ਤੁਹਾਨੂੰ ਇੱਕ ਵਾਰੀ ਐਂ ਭਲੇਖਾ ਪੈਣ ਲੱਗ ਜੂਗਾ ਵੀ ਐਂ ਲੱਗਦਾ ਜੀ ਟਿੱਬਿਆਂ 'ਚ ਆ ਗਈ ਇੰਨਾ ਮਿੱਟੀ ਇੰਨਾ ਘੱਟਾ ਉੜਦਾ ਕਿਉਂਕਿ ਪੱਥਰ ਤੋਂ ਰਗੜੀ ਜਾਂਦੇ ਆ ਥੱਲੇ ਵੀ ਮਿੱਟੀ ਘੱਟਾ ਬਹੁਤ ਹੈ ਗਰਮੀ ਇੱਥੇ ਹੈਗੀ ਹੈ ਇਹ ਨਹੀਂ ਤੁਸੀਂ ਕਹਿ ਰਹੇ ਪਹਾੜੀ ਏਰੀਆ 'ਤੇ ਇੱਥੇ ਠੰਡ ਹੋਊ ਜੂਨ ਦੇ ਵਿੱਚ ਇੱਥੇ ਗਰਮੀ ਹੈ ਆਹ ਜੀ ਝਾਕਾ ਵਾਕਾ ਇੱਧਰ ਹੈ ਸਾਡੇ ਚਨਾਬ ਚਨਾਬ ਸੋਹਣੀ ਦਾ ਦਰਿਆ ਚਨਾਬ ਪ੍ਰਧਾਨ ਸਾਹਿਬ ਪਹੁੰਚ ਗਿਆ ਪਹਿਲਾਂ ਸਾਡੇ ਤੋਂ 120 ਕਿਲੋਮੀਟਰ ਰਹਿ ਗਿਆ ਸ਼੍ਰੀਨਗਰ ਬਾਈ ਇੱਥੋਂ ਅੱਛਾ ਠੀਕ ਹੈ ਜੀ ਆਉਣਾ ਬਾਈ ਪੀਣਾ ਕੋਈ ਚਾਹ ਪਾਣੀ ਹਾਂ ਚਾਹ ਪਾਣੀ ਪਾਈਆਂ ਨੂੰ ਪੀਣਾ ਹੋਊਗਾ ਹਾਂ ਅਸੀਂ ਤਾਂ ਓਕੇ ਰਿਪੋਰਟ ਹੈ ਅਤੇ ਗੱਲ ਕਰੀਏ ਥੋੜ੍ਹਾ ਜਿਹਾ ਸਾਧਨ ਸਾਡਾ ਧੱਕਾ ਕਰਨ ਕਰਕੇ ਨਾ ਸਾਨੂੰ ਕਹਿੰਦਾ ਨਹੀਂ ਯਾਰ ਰਹਿਣਾ ਕਰੋ ਸੁੱਤ ਖਰਾਬ ਹੋ ਗਈ ਬਾਈ ਯਾਰ ਸੁੱਤ ਖਰਾਬ ਹੋ ਗਈ ਅੱਛਾ ਫਿਰ ਹੁਣ ਉਹ ਸਿੱਧੀ ਘਟਾ ਦੇਵਾਂਗੇ ਉਹ ਏਜੰਸੀ ਦਿਖਾਵਾਂਗੇ ਅਤੇ ਸਾਡਾ ਹਾਲ ਦੇਖ ਕੇ ਐਂ ਨਾ ਕਿਉਂ ਵੀ ਰਾਜਸਥਾਨ 'ਚ ਆਏ ਹਾਂ ਅਸੀਂ ਤਾਂ ਕਸ਼ਮੀਰ 'ਚ ਹੀ ਹਾਂ ਪਰ ਰਾਮਬਾਣ ਦਾ ਇਲਾਕਾ ਲੰਘਦੇ ਤੁਹਾਡੇ ਮਿੱਟੀ ਨਾਲ ਭਰ ਜਾਂਦੇ ਹੋ ਮੂੰਹ ਧੋ ਲਿਆ ਮੇਰਾ ਵੀ ਇਹੋ ਜਿਹਾ ਸੀ ਧੋ ਲਿਆ ਮੈਂ ਬਾਈ ਨੇ ਧੋ ਲਿਆ ਪਹਿਲਾਂ ਪਹੁੰਚ ਗਏ ਸੀ ਬੁਰਾ ਹਾਲ ਹੈ ਯਾਰ ਮਿੱਟੀ ਬਹੁਤ ਹੌਲੀ ਠੀਕ ਹੈ ਬਾਈ ਪੀਣੀ ਹੈ ਚਾਹ ਪਾਣੀ ਤੁਸੀਂ ਬਾਹਲਾ ਹੋਇਆ ਪਿਆ ਕੋਈ ਪੁੱਛੇਗਾ ਨਾ ਹੈਂ ਪੀਏਗਾ ਬਣਿਹਾਲ ਦਾ ਸਬ ਡਿਸਟ੍ਰਿਕਟ ਹਸਪੀਟਲ ਤੇ ਇੱਥੋਂ 60 ਕਿਲੋਮੀਟਰ ਰਹਿ ਜਾਂਦਾ ਸ਼੍ਰੀਨਗਰ ਤੇ ਫਸਟ ਏਡ ਲੈਣ ਆਏ ਸੀ ਥੋੜੀ ਜੀ ਕਿਉਂਕਿ ਨਾਲ ਫਸਟ ਏਡ ਹੈ ਨਹੀਂ ਗੀ ਸੋ ਫਸਟ ਏਡ ਜ਼ਰੂਰੀ ਹੁੰਦੀ ਨਾਲ ਰੱਖਣੀ ਇਸ ਕਰਕੇ ਕਹਿੰਦੇ ਫਸਟ ਏਡ ਰੱਖ ਲਓ ਭਾਈ ਉਹ ਮੁੰਡੇ ਕਹਿੰਦੇ ਬਸ ਹੁਣੀ ਲੈ ਕੇ ਅਸੀਂ ਆ ਗਏ ਨੇ ਵਾਪਸ ਇਦੂਗਾਂ ਭਾਰਤਮਾਲਾ ਟਨਲ ਅਤੇ ਭਾਰਤਮਾਲਾ ਟਨਲ ਲੰਘਣ ਤੋਂ ਬਾਅਦ ਕਾਜ਼ੀਗੁੰਡ ਤੋਂ ਗਾਂ ਸ਼੍ਰੀਨਗਰ ਦੇ ਵਿੱਚ ਜੀ ਰੁਕਾਂਗੇ ਅੱਜ ਬਣਿਹਾਲ ਲੰਘ ਰਹੇ ਹਾਂ ਇੱਧਰ ਸਾਰਾ ਬਣਿਹਾਲ ਹੈ ਅਤੇ ਬਣਿਹਾਲ ਤੋਂ ਆਹ ਹਾਈਵੇ ਚੜ੍ਹ ਜਾਣਾ ਆਪਾਂ ਉਸ ਹਾਈਵੇ 'ਤੇ ਇੱਥੋਂ 1-2 ਕਿਲੋਮੀਟਰ ਟੋਲ ਆਉਂਦਾ ਅਤੇ ਟੋਲ ਦੇ ਨਾਲ ਹੀ ਆ ਜਾਂਦੀ ਹੈ ਟਨਲ ਭਾਰਤਮਾਲਾ ਟਨਲ ਲਗਭਗ 6.5-7 ਕਿਲੋਮੀਟਰ ਲੰਬੀ ਆ ਉਹਦਾ ਜਿਹੜਾ ਐਗਜ਼ੋਸਟ ਹੈ ਮਤਲਬ ਗੱਡੀਆਂ ਦਾ ਪੋਲਿਊਸ਼ਨ ਵਗੈਰਾ ਹੁੰਦਾ ਜਾਂ ਧੂੰਆਂ ਨਿਕਲਦਾ ਉਹਦਾ ਐਗਜ਼ੋਸਟ ਉਹਨਾਂ ਨੇ ਇੱਕ ਥਾਂ 'ਤੇ ਇਕੱਠਾ ਕਰਕੇ ਅਤੇ ਬਾਹਰ ਨੂੰ ਕੱਢਿਆ ਹੋਇਆ ਆ ਗਿਆ ਜੀ ਉਹ ਹਾਈਵੇ ਪਿੱਛੋਂ ਵੀ ਵੈਸੇ ਬਣਾ ਦਿੰਦੇ ਇਹਨਾਂ ਨੇ ਉੱਥੋਂ ਸ਼ੁਰੂ ਹੁੰਦਾ ਹੈ ਜੁੜੀ ਜਾ ਰਹੇ ਉਹਦੇ ਨਾਲ ਹੁਣ ਇੱਧਰ ਆਪਾਂ ਮੁੜਾਂਗੇ ਸੱਜੇ ਮੁੜ ਕੇ ਆਪਾਂ ਚੜ੍ਹ ਕੇ ਹੈਗੇ ਹਾਂ ਹਾਈਵੇ 'ਤੇ ਆ ਪਹਾੜ ਆ ਜਿਹੜੇ ਸਾਹਮਣੇ ਤੁਹਾਨੂੰ ਦਿਖਦੇ ਆ ਆ ਇੱਥੋਂ ਪਰਲੇ ਪਾਸੇ ਹੈਗੀ ਕਸ਼ਮੀਰ ਵੱਲ ਇੱਦੂ ਦਾ ਸਾਰੀ ਕਸ਼ਮੀਰ ਘਾਟੀ ਆ ਪਹਿਲਗਾਮ ਬਿਤਾਬ ਵੈਲੀ ਅਨੰਤਨਾਗ ਕੈਰੀਨਾਗ ਸੋਨਮਰਗ ਗੁਲਮਰਗ ਸਾਰੇ ਪਰਲੇ ਪਾਸੇ ਪਰਲੇ ਪਾਸੇ ਰਹਿੰਦਾ ਜੰਮੂ ਦਾ ਏਰੀਆ ਯਾਨੀ ਕਿ ਠੰਡਾ ਠੰਡ ਇੱਥੇ ਹੀ ਪੈਂਦੀ ਹੈ ਕਹਿੰਦੇ ਬਰਫ਼ ਇੱਥੇ ਬਣਿਹਾਲ ਹੀ ਪੈਂਦੀ ਹੈ ਉਹ ਖੁੱਲ੍ਹ ਜਾਂਦੀ ਹੈ ਵਾਦੀ ਇੱਥੇ ਆ ਕੇ ਅਤੇ ਸੜਕ ਤੁਹਾਨੂੰ ਮੈਦਾਨੀ ਆ ਕੇ ਅੱਗੇ ਮਿਲ ਜਾਂਦੀ ਹੈ ਅੱਛੇ ਵਿਊ ਆਉਣ ਲੱਗ ਜਾਂਦੇ ਯਾਨੀ ਕਿ ਭਾਰਤ ਨੂੰ ਜੰਮੂ ਕਸ਼ਮੀਰ ਦੇ ਨਾਲ ਜੋੜਨ ਵਾਲੀ ਟਨਲ ਆ ਗਈ ਠੀਕ ਹੈ ਜੀ ਅਤੇ ਇੱਥੋਂ ਖੱਬੇ ਪਾਸੇ ਜਿਹੜਾ ਹੈਗਾ ਨਿਕਲ ਜਾਂਦਾ ਰਸਤਾ ਅੱਗੇ ਨਿਕਲ ਜਾਂਦਾ ਹੈਗਾ ਗੁੰਡ ਪਿੰਡ
आ जो चल रहे हैं आवाज़ हमें सुनाई दे रही है ये टरबाइना की है, आ सारिया टरबाइना की आवाज़ है, ये टरबाइना आवाज़ कर रही है। सारी टनल के लाइटा मिल गई थोनों, तो खड़का एन गू 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 आ चल रहे है एग्जॉस्ट, आ सारे एग्जॉस्ट है। इतने आके टनल ये खत्म हो जाती है, आ जाते आप कश्मीर वाले बाकी कश्मीर के जब एंटर करते हैं। ठीक है जी, इतने पंजाब पुलिस की चेक पोस्ट है, तो वेली अपने एक गांह लंघ गए है, तो एक अपने वेली पिछे रह गए। ठीक है जी, वादी कश्मीर के स्वागत है केंद्र जी। ठीक है जी, आगे पहली बार लो जी साइन बोर्ड भी स्वागत करन लग गए, वेलकम टू कश्मीर वैली डिपार्टमेंट ऑफ टूरिज्म GNK। चलो भाई जी हॉर्न बजो। जाम तो कहिंदे हुण कश्मीर वादी का एक हिस्सा बन गया, इत्थे भी जदों एक दो आ लो जी कहिंदे जिहड़े कहिंदे रेलवे लाइन नहीं दिसदी, आ लो रेलवे लाइन। ठीक है भाई, लोकल कश्मीर श्रीनगर दियाँ रेलवे ट्रैक्स बनिहाल तो श्रीनगर, ए उस तो बाद बने बनिहाल तो फिर वापस अंदर नूं। आप ट्रैफिक की गल करते, ट्रैफिक का मतलब हिस्सा बन गया एक श्रीनगर का कश्मीर का, पिछे भी सीगा पर इत्थे ट्रैफिक ये है भी जो ट्रक है लोड जाता सारा ट्रांसपोर्टेशन है, चाहे वह सब्जी का चाहे वह अपने फ्रूट का चाहे सुके मेवियां का, वह सारा इतों जाता, तो वह जाता है आप दूर दूर भारत में, तो ट्रकों दाइन जी फिर साइड पर कर देंगे, साइड पर करने तो बाद आम ट्रैफिक नूं कटन लग गए वारी वारी। लो जी लेह तो पहलगाम जोड़े है साइन बोर्ड होने होने शुरू हो गए हैं, इतों का काजीगुंड, काजीगुंड तो अगे बिजबेड़ा एक राह मुड़ जूगा अनंतनाग में वैरीनाग वाला पासा, जो किश्तवाड़ वाला आप उतरना सीगा वो उत्थे उतरना सी आगे, पर सिंथन टॉप हो के आना सी टाइम लगना सी, राह करात होर लगनी सी, तो सिंथन टॉप आई अगे कहिंदे फेर कर लाँगे। कहिंदे भारत की मां खेड हाकी, पंजाब की माँ खेड कबड्डी, दोनों खेडा ने दब लिया है जी क्रिकेट ने, इतने भी हमें क्रिकेट खेल रहे। ठीक है जी, तो साडा जाना मोड़ माड़ा ना बलेटे मार रहा, क्या बलेटे ही मार लिया तो मैं चंगी तरह उड़ता सी थोड़ा जहा गुड़म गुड़ गुड़म 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 परना कहना जी तड़के, हाँ गुड़म गुड़म परना कहना जी, गुड़म परना हूँ ये बलेटे मारी। आ केसर के खेतों की गल करना, ये सारे केसर के खेत है हूँ, मतलब इन्होंने आपकी सियाल वाली फसल जी वढ़ ली है, इस बाद ये केसर बीजन गए। चौपर नूं सूरज कहते हैं जिहड़ा पछम सिर रहा है, पंजाब का सतलुज ते कश्मीर का जेलम इको जे दर्द बयान करते दोनों राज्यों का, जिवें पंजाब दे विच आपां कह दिंदे वी सतलुज है जिहड़ा वो साडी तसीर च है, तो कश्मीर दे विच जेलम है जिहड़ा ये कश्मीरियां दी तसीर च है, ये इच्चों रेता कढ़दे आ दरिया चों, रेता कढ़ के ते इह गां भेजदे आ। सो आह सनसैट का जिहड़ा नज़ारा है सानूं बड़ा सोहना लगी, इस करके असीं इत्थे खड़ गए हैं, सतलुज ते दरिया देखिया, जेलम ते पुल देखिया, तो पुल ते खड़ गए हैं, फोटो फोटो कर लग गए मुंडे कहते सोहनिया सोहनिया फोटो आ रही थी। लो जी श्रीनगर दिया सड़कों पर साड़िया बक्कियां तो मुंडे लभ रहे कमरा, अगे लाओ आप कहते भाई लाओ आज, तो असी ड्राइवर तो कनैक्टर बदल गए हैं, आजे हरजिंदर नूपगढ़िया के पंजाबी ट्रैकर श्रीनगर की डल झील वल जाते हुए गबरू जी, चलो सीधे चलो मैं दसू कि। हाँ जी डल के किनारे बई मच्छियां फड़ी जाता है,
ਤੇ ਉਹ ਸਾਹਮਣੇ ਉਹ ਮੇਨ ਰੋਡ ਹੈ ਇੱਧਰ ਸਿੰਘਾਂ ਨੇ ਜਿਹੜੇ ਹੈਗੇ ਆਪਦੇ ਜਹਾਜ਼ ਘੋੜੇ ਉਹ ਲਾਤੇ ਥੱਲੇ ਤੇ ਆਹ ਸ਼ਿਕਾਰੇ ਆ ਜੀ ਸ਼ਿਕਾਰੇ ਹੁਣ ਜਿਹੜੇ ਹੈਗੇ ਆ ਇੱਕ ਵਾਰ ਆਰਾਮ ਤੇ ਆ ਕੱਲ ਨੂੰ ਦਾ ਦਿਨ ਹੋ ਸਕਦਾ ਵੀ ਇੱਥੇ ਲੱਗੇ ਆਪਣਾ ਕਿਉਂਕਿ ਬੁਲਟ ਦੀ ਜਿਹੜੀ ਹੈਗੀ ਆ ਮੇਨਟੇਨੈਂਸ ਕਰਵਾਉਣੀ ਹੈ ਸਾਰਿਆਂ ਦੀ ਥੋੜ੍ਹੀ ਥੋੜ੍ਹੀ ਅਤੇ ਉਸ ਤੋਂ ਬਾਅਦ ਸਾਈਟ ਸੀਨ ਕਰ ਲਾਂਗੇ ਕਸ਼ਮੀਰ ਦੀਆਂ ਸ਼੍ਰੀਨਗਰ ਦੀਆਂ ਫਿਰ ਨਿਕਲਾਂਗੇ ਹੋਟਲ ਨਿਊ ਜ਼ੀਨਤ ਸਾਹਿਲ ਭਾਈ ਹਾਂ ਸਾਹਿਲ ਕੇ ਸਾਥ ਆ ਚੁੱਕੇਂਗੇ ਹਮ ਇਹ ਇਨਕਾ ਹੋਟਲ ਹੈ ਹੋਟਲ ਜ਼ੀਨਤ ਨਿਊ ਜ਼ੀਨਤ ਹਾਂ ਨਿਊ ਜ਼ੀਨਤ ਕੇ ਨਾਮ ਗੈਸਟ ਹਾਊਸ ਹੈ ਹਾਂ ਜੀ ਲੈ ਬਈ ਆਹ ਆਪਣੀ ਚੱਲ ਪਏ ਬੰਦੇ ਬਲੌਗਰ ਬਲੂਗਰ ਬਾਈ ਸਮਾਨ ਟਿਕਾ ਲਿਆ ਆਪਾਂ ਹਾਂ ਮੈਂ ਲੇਟ ਹੋ ਗਿਆ ਬਈ ਹਾਂਜੀ ਹਾਂਜੀ ਹਾਂ ਚੁਕਾ ਦਿੰਦੇ ਹਾਂ ਬਈ ਅਤੇ ਉਹੀ ਕਸ਼ਮੀਰੀ ਟ੍ਰੈਡੀਸ਼ਨ ਗਲੀਚਾ ਮੈਟ ਥੱਲੇ ਅਤੇ ਜੁੱਤੇ ਬਾਹਰ ਆਹ ਆਪਣਾ ਕਮਰਾ ਹੈ ਲੱਕੜ ਦੀ ਛੱਤ ਵਾਲਾ ਅਤੇ ਲੱਕੜ ਦੀ ਫਰਸ਼ ਵਾਲਾ ਇੱਧਰ ਇੱਕ ਬੈੱਡ ਐਕਸਟਰਾ ਜੀ ਇੱਕ ਆਪਣਾ ਸਾਹਮਣੇ ਹੈ ਦੋ ਰੂਮ ਲੈ ਲਏ ਆਪਾਂ ਅਤੇ ਦੋ ਰੂਮ ਲੈ ਕੇ ਹੁਣ ਆਪਾਂ ਬਾਈ ਸੁਖਜੀਤ ਜਾਣਾ ਮੋੜ ਕੋੜੀ 'ਤੇ ਸਵਾਰ ਹੋ ਗਿਆ ਆਹ ਜਿਹੜੀ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਆ ਆ ਜੀ ਅਤੇ ਜਿਹੜੀ ਨਮਾਜ਼ ਹੈ ਉਹਦੇ ਟਾਈਮ ਹੁੰਦੇ ਆ ਇਹ ਅਖੀਰਲੀ ਨਮਾਜ਼ ਹੈ ਅੱਠ ਸਾਢੇ ਅੱਠ ਜਾਂ ਪੌਣੇ ਨੌ ਦੇ ਕਰੀਬ ਹੈ ਸ਼ਾਇਦ ਟਾਈਮ ਪੌਣੇ ਨੌ ਦੇ ਕਰੀਬ ਇਹ ਨਮਾਜ਼ ਪੜ੍ਹੀ ਜਾ ਰਹੀ ਹੈ ਸੁਣੋ ਮਾੜਾ ਜਿਹਾ ਬਈ ਹਰੇਕ ਧਰਮ ਦੀਆਂ ਆਪਦੀਆਂ ਰਵਾਇਤਾਂ ਆਪਦੇ ਸ਼ਰ੍ਹਾ ਹੈ ਆਪਦੇ ਰਹਿਤ ਮਰਿਆਦਾ ਹੈ ਸੋ ਮੁਸਲਮਾਨ ਧਰਮ ਦੇ ਵਿੱਚ ਇਹਨਾਂ ਨੂੰ ਪੰਜ ਵਕਤ ਦਾ ਨਮਾਜ਼ੀ ਹੋਣਾ ਲਾਜ਼ਮੀ ਹੈ ਸੋ ਜ਼ਿਆਦਾ ਵਸੋਂ ਮੁਸਲਮਾਨ ਵੀਰਾਂ ਦੀ ਹੈ ਅਤੇ ਇਹ ਨਮਾਜ਼ ਦੀਆਂ ਆਵਾਜ਼ਾਂ ਤੁਹਾਡੇ ਕੰਨਾਂ ਵਿੱਚ ਪੈਂਦੀਆਂ ਰਹਿੰਦੀਆਂ ਸਵੇਰੇ ਵੀ ਪਊਗੀ ਦੁਪਹਿਰੇ ਵੀ ਪਊਗੀ ਅਤੇ ਦੋ ਤਿੰਨ ਟਾਈਮ ਹੋਰ ਪਊਗੀ ਇਹ ਹੈ ਹੁੰਦਾ ਬਈ ਜਦੋਂ ਟਰੈਕ ਕਰੋ ਜਾਂ ਤੁਸੀਂ ਟਰੈਵਲਿੰਗ ਕਰੋ ਆਪਦਾ ਆਪਦਾ ਸਮਾਨ ਹੈ ਤੁਸੀਂ ਆਪ ਕੇ ਲੈ ਕੇ ਆਓ ਠੀਕ ਹੈ ਸਾਡੇ ਮੋਟਰਸਾਈਕਲ ਦੇ ਕਿਹਦੇ ਹੱਥ ਨਹੀਂ ਲਾਇਆ ਪਾਈਆਂ ਨੇ ਆਪਦੇ ਦੇ ਖੋਲੇ ਆਪਦੇ ਖੋਲੇ ਹਾਂ ਦੇਖਿਆ ਆਪਦਾ ਖੋਲਾ ਹੁੰਦਾ ਨਾ ਹਾਂ ਬਾਈ ਜੀ ਓਕੇ ਸਤਿ ਸ਼੍ਰੀ ਅਕਾਲ ਸੌਂ ਜਾਓ ਗੁੱਡ ਨਾਈਟ ਬਾਈ ਸੁਖਜੀਤ ਦੀ ਬਾਈ ਸੁਖਜੀਤ ਦੀ ਸਿਫਤ ਹੋ ਰਹੀ ਹੈ ਕਹਿੰਦੇ ਅੱਗੇ ਨਾ ਸਾਨੂੰ ਸਬਜ਼ੀ ਥੋੜੀ ਠੰਡੀ ਆ ਗਈ ਤੇ ਬਾਈ ਸੁਖਜੀਤ ਅੱਖਾਂ ਜੀ ਐ ਕੋ ਕੌੜੀਆਂ ਕਰਕੇ ਕੁੰਡੀਆਂ ਕਰਕੇ ਬੱਚਾ ਖੜੀਆਂ ਹੋ ਗਿਆ ਕਹਿੰਦਾ ਆਹ ਯਾਰ ਸਬਜ਼ੀ ਚੱਖੋ ਕਹਿੰਦਾ ਟੇਸਟ ਕਰੋ ਕਹਿੰਦਾ ਯਾਰ ਟੇਸਟ ਕਰੋ ਹੁਣ ਅਸੀਂ ਮੰਗਲੇ ਗੁਲਾਬ ਜਾਮਣ ਤੇ ਹੋਣਾ ਬਾਈ ਨੂੰ ਉੱਪਰ ਕਿਵੇਂ ਕਹਿੰਦਾ ਕਿਹੜੇ ਅੱਖਾਂ ਨਾਲ ਡਰਦਾ ਡਰਦਾ ਗਰੀਬ ਸੀ ਅੱਖ ਨਾਲ ਚੱਕ ਕੇ ਅੱਖ ਨਾਲ ਚੱਕ ਕੇ ਸੁਖਜੀਤ ਕੰਨੀ ਆ ਨਾ ਇਹ ਬੰਦਾ ਕੱਪਾ ਇਹ ਬੰਦਾ ਕੱਪਾ ਜੇ ਗੁਲਾਬ ਜਾਮਣ ਮੈਂ ਠੰਡੀ ਆ ਗਈ ਇਹ ਕੁੱਟੂ ਪਰ ਖੁਦ ਨੂੰ ਪਤਾ ਨਹੀਂ ਮੇਰੀ ਮਰਜ਼ੀ ਆ ਬਈ ਇਹ ਡੇਂਜਰ ਹੈ ਮੈਂ ਗੱਲ ਸੁਣਨ ਲੱਗਾ ਹਾਂ ਬਈ ਇੱਕ ਮਿੰਟ ਖੜ ਜਾ ਪੰਜਾਬੀ ਢਾਬੇ ਤੇ ਡਿਨਰ ਕਰ ਲਿਆ ਬਈ ਤੇ ਰਾਤ ਦੇ 11:30 ਹੋ ਗਏ ਆ ਤੇ ਇਸ ਤੋਂ ਬਾਅਦ ਹੁਣ ਆਪਾਂ ਕਮਰੇ ਜਾ ਕੇ ਸੌਵਾਂਗੇ ਗੱਲਾਂ ਬਾਤਾਂ ਖੁੱਲੀਆਂ ਚੱਲ ਰਹੀਆਂ ਉਹ ਅਸੀਂ ਕਰਾਂਗੇ